السلام علیکم ورحمۃ اللہ وبرکاتہ، میں ہوں کی محمد اجاز علی اور تم ویکھ رہے ہو میرا یوٹیوب چینل۔ اج کالخدا روڈ تے جڑے دو ریلوے ٹریک اور پھٹک نے انہاں دے ویڈیو تیار کراں گے انشاءاللہ۔ جی کریے سٹارٹ جی، اللہ دا نام لے کے بسم اللہ الرحمن الرحیم۔ امامیہ کلونی فلائی اوور دے نال ہی نا کالخدا روڈ نکلدا ہے تے کالخدا روڈ تے دو ریلوے ٹریک بلکہ تین ریلوے ٹریک نے تے دو پھٹک نے۔ ਇਹ ਜਿਹੜੇ ਦੋ ਰੇਲਵੇ ਟਰੈਕ ਆ ਰਹੇ ਨੇ ਇਹ ਲਾਹੌਰੋਂ ਆ ਰਹੇ ਨੇ ਅਤੇ ਇਹ ਤੁਹਾਡੇ ਮੇਰੇ ਪਿਛਲੇ ਸਾਲ 'ਚ ਦੇਖ ਰਹੇ ਹੋ। ਅੱਗੋਂ ਜਾ ਕੇ ਇੱਕ ਟਰੈਕ ਲੈਫਟ ਹੋ ਜਾਂਦਾ, ਇੱਕ ਸਿੱਧਾ ਜਾਂਦਾ। ਜਿਹੜਾ ਲੈਫਟ ਹੈਗਾ ਇਹ ਪਿੰਡੀ ਦਾ, ਪਿੰਡੀ ਅਤੇ ਗੁਜਰਾਂ ਵਾਲਾ, ਯਾਨੀ ਕਿ ਉਸ ਰੋਡ 'ਤੇ। ਜਿਹੜਾ ਦੂਸਰਾ ਇਹ ਨਾਰੰਗ ਰੋਡ। ਪਾਕਿਸਤਾਨ ਦੇ ਵਿੱਚ ਮੁਖਤਲਿਫ ਤਰੀਕੇ ਸਫ਼ਰ ਕਰਨ ਦੇ ਰਕਸ਼ੇ, ਬੱਸਾਂ, ਕਾਰਾਂ, ਮੋਟਰਸਾਈਕਲਾਂ, ਹਵਾਈ ਜਹਾਜ਼, ਉਹਨਾਂ ਦੇ ਵਿੱਚ ਇੱਕ ਟ੍ਰੇਨ ਵੀ ਸ਼ਾਮਲ ਹੈ। ਟ੍ਰੇਨ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਨਾਲ ਲੋਕ ਸਫ਼ਰ ਕਰਦੇ ਨੇ, ਆਉਂਦੇ ਜਾਂਦੇ ਨੇ ਇਹ ਰੇਲਵੇ ਟਰੈਕ। ਅੱਛਾ ਦੋਸਤੋ, ਤੁਹਾਨੂੰ ਇਹਦੇ ਬਾਰੇ ਕੋਈ ਇਲਮ ਹੋਵੇ ਤਾਂ ਦੱਸਿਆ ਜੇ। ਇਹ ਡੀ ਆਈ ਐੱਸ ਟੀ ਟੈਸਟ ਪਤਾ ਨਹੀਂ ਕੀ ਹੈ, ਡੀ ਐੱਨ ਈ ਕੀ ਹੈ, ਏ ਐੱਨ ਈ ਕੀ ਹੈ, ਮਤਲਬ ਇਹ ਕੀ ਚੀਜ਼ਾਂ ਦਾ ਕੀ ਮਕਸਦ ਹੈਗਾ ਵੇ। ਇਹ ਅਗਰ ਕਿਸੇ ਦੋਸਤ ਨੂੰ ਇਹਦੇ ਬਾਰੇ ਇਲਮ ਹੋਵੇ ਤਾਂ ਜ਼ਰੂਰ ਆਪਣਾ ਇਲਮ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਜੇ। ਅਤੇ ਇੱਥੇ ਆਪਣੇ ਦੋਸਤਾਂ ਅੱਗੇ ਨਾਲ ਗੁਜ਼ਾਰਿਸ਼ ਵੀ ਕਰਦਾ ਚੱਲਾਂਗਾ, ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਸਰ, ਤੁਹਾਡਾ ਆਪਣਾ ਚੈਨਲ ਹੈ, ਇਹਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ ਅਤੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਅਤੇ ਅੱਛਾ ਜਿਹਾ ਕੋਈ ਕਮੈਂਟ ਵੀ ਕਰਕੇ ਅਤੇ ਸਾਡੀ ਹੌਸਲਾ ਅਫਜ਼ਾਈ ਵੀ ਫਰਮਾਇਆ ਕਰੋ। ਅਤੇ ਆ ਜਾਂਦੇ ਵਾਪਸ ਰੇਲਵੇ ਟਰੈਕ 'ਤੇ। ਫਿਰ ਇਹ ਰੇਲਵੇ ਟਰੈਕ ਇਸ ਜਿਹਦੇ ਵੀ ਕਿਤੇ ਬਣੇ ਨਾ, ਤਕਰੀਬਨ 99% ਇਸੇ ਤਰ੍ਹਾਂ ਦੇ ਬਣੇ ਹੁੰਦੇ ਨੇ, ਵਿੱਚ ਬਜਰੀ ਅਤੇ ਵਿੱਚ ਫੱਟੇ ਵਗੈਰਾ ਲਗਾ ਕੇ ਜਾਂ ਸਿਮਰ ਦੇ ਉਹ ਬਣਾ ਲੈਂਦੇ ਨੇ। ਅਤੇ ਇਹ ਜਿਹੜਾ ਜਿੰਨਾ ਪੂਰਾ ਰੇਲਵੇ ਟਰੈਕ ਤਿਆਰ ਹੋ ਜਾਂਦਾ। ਇਹ ਰੇਲਵੇ ਫਾਟਕ ਜੇ ਇੱਕ ਉਹ ਅੱਗੇ ਤੋਂ ਉੱਥੇ ਵੀ ਲੈ ਕੇ ਜਾਵਾਂਗੇ ਇਨਸ਼ਾਅੱਲਾ। ਪਿਛਲਾ ਜਿਹੜਾ ਰੇਲਵੇ ਫਾਟਕ ਉਹ ਹੈ, ਇੱਕ ਅੱਗੇ ਫਾਟਕ ਹੈਗਾ, ਅਸੀਂ ਤੁਹਾਨੂੰ ਇਨਸ਼ਾਅੱਲਾ ਉੱਥੇ ਵੀ ਲੈ ਕੇ ਚੱਲਾਂਗੇ। ਅਤੇ ਇਹਦੇ ਨਾਲ ਨਾਲ ਇੱਕ ਤੁਹਾਨੂੰ ਇਨਫੋਰਮੇਸ਼ਨ ਦਿਆਂਗੇ ਵੀ ਜਦੋਂ ਇਹਦੇ ਟ੍ਰੇਨ ਦਾ ਟਾਈਮ ਹੋ ਜਾਂਦਾ ਤਾਂ ਕਿਵੇਂ ਪਤਾ ਲੱਗਦਾ ਵੀ ਟ੍ਰੇਨ ਦਾ ਟਾਈਮ ਹੋ ਗਿਆ। ਇਹ ਤੁਸੀਂ ਜੰਗਲੀ ਸੰਗਲੀ ਜੀ ਵੇਖ ਰਹੇ ਹੋ, ਰੱਸੀ ਵੇਖ ਰਹੇ ਹੋ। ਇਹ ਜਨਾਬੀ ਵਾਲੇ ਤੁਹਾਡੇ ਸਾਹਮਣੇ ਐਵੇਂ ਤਾਂ ਵੀ ਤੁਸੀਂ ਵਿਖਾਉਣਾ, ਤੁਹਾਨੂੰ ਸਾਰਾ ਕੁਝ ਵਿਖਾਵਾਂਗਾ। ਜ਼ਰਾ ਹੌਸਲਾ ਰੱਖਣਾ, ਰੁਕੋ, ਜ਼ਰਾ ਸਬਰ ਕਰੋ, ਹੌਸਲਾ ਕਰੋ। ਜਿੰਨਾ ਵੀਰ ਜਦੋਂ ਕਿਤੇ ਇਹਨਾਂ ਲਾਈਨਾਂ ਚੇਂਜ ਕਰਨੀਆਂ ਹੁੰਦੀਆਂ ਨਾ, ਵੀ ਪਿੰਡੀ ਦੀ ਗੱਡੀ ਹੈ, ਨਾਰੋਵਾਲ ਦੀ ਗੱਡੀ ਹੈ, ਕਿਹੜੀ ਗੱਡੀ ਹੈ, ਉਹਨੂੰ ਉਹਦੀ ਲਾਈਨ 'ਤੇ ਜਦੋਂ ਟਰੈਕ 'ਤੇ ਚਲਾਉਣਾ ਹੋਵੇ, ਇਹ ਤਾਂ ਮੇਰਾ ਖਿਆਲ ਖਿੱਚਦੇ ਨੇ ਅਤੇ ਖਿੱਚ ਕੇ ਅਤੇ ਉਹਦੀ ਜਿਹੜੀ ਪਟਰੀ ਉਹਨਾਂ ਜੁਆਇੰਟ ਜਿਹੜਾ ਬਣਾਉਣਾ ਤਾਂ ਇਹਦੇ ਥਰੂ ਬਣਾਉਂਦੇ ਨੇ। ਇਹ ਤੁਸੀਂ ਵੇਖ ਲਵੋ, ਜ਼ਬਰਦਸਤ ਜਨਾਬ। ਅੱਛਾ ਇਹ ਲਾਲ ਵੀ ਹੈ ਅਤੇ ਕਾਲਾ ਵੀ ਹੈ ਅਤੇ ਚਿੱਟਾ, ਦੋ ਲਾਲ ਨੇ, ਇਹਨਾਂ ਦੇ ਕੀ ਵਜ੍ਹਾ? ਜਦੋਂ ਕਿਤੇ ਗੱਡੀਆਂ ਆਉਣੀਆਂ ਹੈ ਨਾ, ਉਦੋਂ ਇਹਨਾਂ ਲਾਲ ਨੂੰ ਖਿੱਚਣਾ ਵੀ ਗੱਡੀ ਆ ਰਹੀ ਹੈ, ਪੰਗਾ ਪੈ ਗਿਆ ਜੋ ਖਰਾਬੀ ਆ ਗਈ ਤਾਂ ਫਿਰ ਇਹਨਾਂ ਚਿੱਟਾ ਕਾਲਾ ਖਿੱਚਣਾ ਹੁੰਦਾ ਫਿਰ। ਇਹ ਇਸ ਤਰ੍ਹਾਂ ਪਿੱਛੇ ਖਿੱਚ ਲੈਂਦੇ ਨੇ, ਠੀਕ ਹੈ। ਇਹ ਜਿੰਨਾ ਵੀ ਅਲੀ ਬਰਕਟ ਟੋਰ ਤੋਂ ਥੋੜ੍ਹਾ ਜਿਹਾ ਅੱਗੇ ਆਈਏ ਤਾਂ ਕਾਲਾਖਦਾ ਰੋਡ ਨਿਕਲਦਾ, ਉਸ ਰੋਡ 'ਤੇ ਇਹ ਫਾਟਕ ਦੋ ਪੈ ਨੇ। ਇਹ ਜਿਹੜਾ ਫਾਟਕ ਹੈ ਜਿੰਨਾ ਵੀ ਅਲੀ, ਇਹ ਮਾਮੇ ਕਲੋਨੀ ਫਲਾਈ ਓਵਰ ਥੱਲੋਂ ਲੰਘਦਾ, ਇਹ ਇਸਲਾਮਾਬਾਦ ਅਤੇ ਕਰਾਚੀ ਅਤੇ ਇਹ ਉਸ ਇਸ ਇਲਾਕੇ ਨੂੰ ਟ੍ਰੇਨ ਜਾਂਦੀ ਹੈ। ਪਿਛਲੇ ਦਿਨ ਕਾਲਖ ਦੇ ਰੋਡ ਕਾਫ਼ੀ ਨਾ ਪੁੱਟ ਹੋਇਆ ਸੀ, ਅਲਹਮਦੁਲਿਲਾ ਹੁਣ ਮੱਟੀ ਮੁੱਟੀ ਪਾ ਕੇ ਲੈਵਲ ਤਾਂ ਕਰ ਦਿੱਤਾ, ਲੇਕਿਨ ਅਣ ਕਰੀਬ ਹੀ ਇਹਦੇ 'ਤੇ ਅਸਫਾਲਟ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ। ਲੇਕਿਨ ਮੇਰਾ ਖਿਆਲ ਹੈ ਕਿ ਈਦ ਤੋਂ ਬਾਅਦ ਇਹ ਮਾਮਲਾ ਕਵਰ ਕਰਨਗੇ, ਮੇਰਾ ਖਿਆਲ ਹੈ। ਜਾਂ ਹੋ ਸਕਦਾ ਪਿੱਛੇ, ਕਿਉਂਕਿ ਬੜਾ ਲੰਬਾ ਚੌੜਾ ਰੋਡ ਹੈ ਕਾਲਖ ਦੇ ਰੋਡ ਤੋਂ ਨਾਰੰਗ 40-50 ਕਿਲੋਮੀਟਰ ਦੇ, ਅਤੇ ਸ਼ਕੜਗੜ੍ਹ 100-150 ਕਿਲੋਮੀਟਰ ਸਫ਼ਰ ਬਣ ਜਾਂਦਾ ਵੇ। ਅਤੇ ਹੋ ਸਕਦਾ ਪਿੱਛੇ ਅਸਫਾਲਟ ਦਾ ਕੰਮ ਕਿਤੇ ਸ਼ੁਰੂ ਕਰ ਦਿੱਤਾ ਗਿਆ ਵੇ, ਇੱਧਰ ਜੇ ਕਰਨਾ ਹੋਵੇ ਜਾਂ ਇਹਨੂੰ ਈਦ ਤੋਂ ਬਾਅਦ ਕਰਨਾ ਹੋਵੇ ਵੱਲਾ। ਲੇਕਿਨ ਇੱਕ ਅਲਹਮਦੁਲਿਲਾ ਇਸ ਰੋਡ ਦੀ ਵੀ ਸੁਣੀ ਗਈ, ਜਿਸ ਤਰ੍ਹਾਂ ਬਾਕੀ ਰੋਡਾਂ ਦੀ ਵੀ ਸੁਣੀ ਜਾ ਰਹੀ, ਇਹਦੀ ਵੀ ਸੁਣੀ ਗਈ ਹੈ। ਅੱਛਾ ਜਨਾਬ ਵਾਲੇ, ਉਹ ਸਭ ਤੁਸੀਂ ਵੇਖ ਰਹੇ ਹੋ ਮਾਮੇ ਕਲੋਨੀ ਫਲਾਈ ਓਵਰ ਦਾ ਰੈਂਪ ਜੇ, ਅਤੇ ਮੈਂ ਇੱਥੇ ਖੜ੍ਹਾ ਜਨਾਬ ਵਾਲੇ ਥੋੜ੍ਹਾ ਜਿਹਾ ਪਿੱਛੇ। ਰੋਡ ਮਾਸ਼ਾਅੱਲਾ ਕਾਫ਼ੀ ਲੰਬਾ ਚੌੜਾ, ਇਹ ਡਬਲ ਰੋਡ ਹੈ, ਇਹਦੇ ਸੈਂਟਰ ਦੇ ਵਿੱਚ ਫੁੱਟਪਾਥ ਵੀ ਬਣੇਗਾ ਔਰ ਇਨਸ਼ਾਅੱਲਾ ਇਹਨੂੰ ਅੱਛੇ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ।
امید ہے کہ کسی وقت نو آن لگ لگ وقت نو ادھر بھی کوئی فلائی آور دا سلسلہ بنا دیتا جائے کیونکہ ٹریفک ادھر بھی کافی ہے آمد و رفت کافی ہے اس علاقے دی بھی تے ویکھو ہن کدوں بندا ہے تے دوسرا ہے کہ یار جڑے نا اج رکشے دے ساڈے بھرا نے ساڈے ویر نے ساڈے دوست نے اللہ پاک انہاں سارے نوں صحت دے ہن اے ادھی نے زیادہ ساڈے کنے رکشے والا ملی ہے صرف پر وہ ایک ٹریکٹر ہی لنگ سکیا سی اس علاوہ بس انہاں ایک دو تین چار پنج اگڑ پیچھے نے کہ لائن سر پیچھے بھی اگے بھی رکشے کھڑے کیتے نے یعنی کہ تے سمجھو کہ بدماشی انہاں تے چلدی ہے ਇਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਜਿਹੜੇ ਪੁਲਿਸ ਮੁਲਾਜ਼ਮੀਨ ਨੇ ਉਹ ਆਪਣੇ ਚਕਰਾਂ 'ਚ ਹੁੰਦੇ ਨੇ ਕੋਈ ਅਸੀਂ ਚਲਾਣ ਪੂਰੇ ਕਰਕੇ ਅਤੇ ਛੁੱਟੀ ਕਰੀਏ ਆਵਾਮ ਜਿੱਥੋਂ ਨਿਕਲੀਏ ਉੱਥੇ ਵੜੇ ਅਤੇ ਲਿਹਾਜ਼ਾ ਪੁਲਿਸ ਵਾਲਿਆਂ ਵਾਸਤੇ ਭਰਾਵਾਂ ਵਾਸਤੇ ਵੀ ਗੁਜ਼ਾਰਿਸ਼ ਕਰਾਂਗਾ ਉਹਨਾਂ ਅੱਗੇ ਕਿ ਯਾਰ ਤੁਹਾਡੀ ਮਿਹਰਬਾਨੀ ਹੈ ਡਿਊਟੀ ਤੁਸੀਂ ਕਰੋ 100 ਵਾਰੀ ਕਰੋ 1000 ਵਾਰੀ ਕਰੋ ਲੇਕਿਨ ਇਹ ਕਿ ਯਾਰ ਰਸਤਾ ਜਿਹੜਾ ਬਲੋਕ ਹੋ ਜਾਂਦਾ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਸੋਚ ਲਵਾ ਕਰੋ ਇਹ ਗੱਲ ਤਾਂ ਨਿਕਲੀਏ ਤਾਂ ਜਿਹੜਾ ਪਹਿਲਾਂ ਆਉਂਦਾ ਨਾ ਅੱਲਾ ਤੁਹਾਡਾ ਭਲਾ ਕਰੇ ਯੂ ਟਰਨ ਉਹ ਇੱਥੇ ਥੋੜ੍ਹੇ ਜਿਹੇ ਅੱਗੇ ਜਾ ਰਹੇ ਹਾਂ ਜਿਹੜਾ ਇਹ ਕਾਲਖ ਤਾਈ ਬਰਕਟ ਤੋਂ ਮਾਮੇ ਕਲੋਨੀ ਜਿਹਾ ਰਸਤਾ ਜਾ ਰਹੇ ਨਾ ਦੂਜੀ ਸਾਈਡ ਉਲਟੀ ਸਾਈਡ ਜਿਵੇਂ ਕਿ ਸ਼ਾਦਰੀ ਨੂੰ ਜਿਹਾ ਰਸਤਾ ਆਉਂਦਾ ਅਸੀਂ ਉਲਟੀ ਸਾਈਡ 'ਤੇ ਜਾ ਰਹੇ ਹਾਂ ਅਤੇ ਦੋਸਤੋ ਮਾਮੇ ਕਲੋਨੀ ਜਿਹੜੀ ਮਸਜਿਦ ਸ਼ਹੀਦ ਕਰ ਦਿੱਤੀ ਗਈ ਸੀ ਉਹਦੇ 'ਤੇ ਵਰਕ ਮਾਸ਼ਾਅੱਲਾ ਕਾਫੀ ਸਪੀਡ ਨਾਲ ਹੋ ਰਿਹਾ ਉਮੀਦ ਤਾਂ ਬੜੀ ਹੈ ਕਿ ਮਹੀਨੇ ਦੇ ਵਿੱਚ ਵਿੱਚ ਮਸਜਿਦ ਨੂੰ ਕੰਪਲੀਟ ਕਰ ਦਿੱਤਾ ਜਾਵੇਗਾ ਇਨਸ਼ਾਅੱਲਾ ਅਜ਼ਾ ਜਾਣਾ ਤੁਸੀਂ ਵੇਖ ਰਹੇ ਹੋ ਪਿੱਲਰ ਲੱਗ ਗਏ ਨੇ ਪਿੱਲਰ ਜਿਹੜੇ ਕਿ ਬਣ ਗਏ ਨੇ ਮਾਸ਼ਾਅੱਲਾ ਕਿ ਜਾਮੀਆ ਵੱਡੀ ਮਸਜਿਦ ਬਣੇਗੀ ਮਾਮੇ ਕਲੋਨੀ ਫਲਾਈਓਵਰ ਦੇ ਬਿਲਕੁਲ ਕਰੀਬ ਐਨੀ ਕਿ ਸਟਾਫ ਦੇ ਆਹ ਸਾਹਮਣੇ ਉਹ ਸਪੀਕਰ ਟੰਗੇ ਨੇ ਕਿਉਂਕਿ ਨਮਾਜ਼ ਜ਼ਰੂਰੀ ਹੈ ਭਾਅ ਜੀ 5 ਵਜੇ ਨਮਾਜ਼ ਪੜ੍ਹਨੀ ਵੀ ਜ਼ਰੂਰੀ ਹੈ ਪੜ੍ਹਾਉਣੀ ਵੀ ਜ਼ਰੂਰੀ ਹੈ ਅਤੇ ਅਜ਼ਾਨ ਵੀ ਪੜ੍ਹਨੀ ਜ਼ਰੂਰੀ ਹੈ ਅਤੇ ਵਰਕਰ ਕੰਮ ਕਰ ਰਹੇ ਨੇ ਅਤੇ ਇਨਸ਼ਾਅੱਲਾ ਉਮੀਦ ਹੈ ਅੱਲਾ ਦੇ ਘਰ ਬੜੀ ਕਿ ਬਹੁਤ ਜਲਦ ਹੀ ਕੰਪਲੀਟ ਕਰਕੇ ਅਤੇ ਨਮਾਜ਼ ਹੀ ਨਮਾਜ਼ ਪੜ੍ਹਨਗੇ ਇਨਸ਼ਾਅੱਲਾ ਅਜ਼ਮ ਅਜ਼ਮ ਮਸਜਿਦ ਵੇਖੀ ਜੀ ਮਾਸ਼ਾਅੱਲਾ ਖੂਬਸੂਰਤ ਮਸਜਿਦ ਬਣੇਗੀ ਇਨਸ਼ਾਅੱਲਾ ਜਦੋਂ ਕੰਪਲੀਟ ਮਸਜਿਦ ਬਣ ਜਾਏਗੀ ਫਿਰ ਇਸ ਇਨਸ਼ਾਅੱਲਾ ਇਹਦੇ 'ਤੇ ਨਾ ਇੱਕ ਵਲੋਗ ਮੁਕੰਮਲ ਇਸ ਮਸਜਿਦ ਵੀ ਤਿਆਰ ਕਰਾਂਗੇ ਇਨਸ਼ਾਅੱਲਾ ਵੇਖੋ ਮੈਂ ਬੀ ਮਸ਼ੀਨ ਪਾ ਤੇ ਪਿੱਲਰ ਸ਼ਿਲਰ ਖੜ੍ਹੇ ਕਰਤੇ ਰਹੇ ਮੈਂ ਇਹ ਸਪੀਕਰ ਅੱਛਾ ਜੀ ਇਹ ਜਿਹੜਾ ਸਪੀਕਰ ਦੇ ਥੱਲੇ ਉਹੀ ਉਹ ਚੀਜ਼ ਜਿਹੜੀ ਆ ਜਾਂਦੀ ਅੱਗੇ ਮੈਂ ਨਜ਼ਦੀਕ ਕਰਨਾ ਵੀਡੀਓ ਨੂੰ ਮੋਬਾਈਲ ਨੂੰ ਵੇਖਿਆ ਜੀ ਇਹਦੇ ਬਾਰੇ ਕੁਝ ਦੋਸਤ ਅਗਰ ਜਾਣਦਾ ਹੋਵੇ ਜਾਣਕਾਰੀ ਰੱਖਦਾ ਮੈਂ ਜ਼ਰੂਰ ਦੱਸਿਆ ਜੀ ਚੱਲੇ ਦਾ ਕਰੀਬ ਕਰੀਬ ਸੇਮ ਜੋ ਪਿੱਛੇ ਸ਼ੁਰੂ 'ਚ ਤੁਹਾਨੂੰ ਦਿਖਾਇਆ ਨਾ ਉਹੀ ਚੀਜ਼ ਹੈਗੀ ਹੈ ਹਾਂਜੀ ਅਤੇ ਇਹ ਫਲਾਈਓਵਰ ਦੇ ਥੱਲੇ ਜਿਹੜਾ ਮੈਂ ਕੋਈ ਵੀਡੀਓ ਬਣਾਈ ਸੀ ਕਿ ਯਾਰ ਫਲਾਈਓਵਰ ਦੇ ਥੱਲੇ ਅਗਰ ਮਾਰਕੀਟ ਬਣਾਈ ਜਾਵੇ ਤਾਂ ਜ਼ਿਆਦਾ ਬਿਹਤਰ ਬਜਾਏ ਕੋਈ ਲੋਕ ਇਸ ਤਰ੍ਹਾਂ ਆਪਣਾ ਨਿੱਕੇ ਨਿੱਕੇ ਠਈਏ ਲਾ ਲਵਣ ਜਾਂ ਆਪਣੇ ਆਪ ਕਬਜ਼ੇ ਕਰ ਲਵਣ ਮੇਰਾ ਨਹੀਂ ਖਿਆਲ ਕਿ ਮੁਨਾਸਿਬ ਕਿਉਂਕਿ ਜਿੱਥੇ ਇੰਨਾ ਖਰਚਾ ਕੀਤਾ ਕਿ ਇੱਥੇ ਮਾਰਕੀਟ ਬਣ ਜਾਂਦੀ ਹੈ ਹਕੂਮਤ ਨੂੰ ਫਾਇਦਾ ਜਾਵੇਗਾ ਨਾ ਲੋਕ ਕਾਰੋਬਾਰ ਕਰਨਗੇ ਆਵਾਮ ਆਉਂਦੀ ਜਾਂਦੀ ਰਹੇਗੀ ਅਤੇ ਇਹਨਾਂ ਦਾ ਫਾਇਦਾ ਇਹਨਾਂ ਹੁਕਮਰਾਨ ਨੂੰ ਹੋਏਗਾ ਆਹ ਹੁਣ ਵੇਖੋ ਇੱਥੇ ਵੀ ਇਹ ਸੋਚਦੇ ਹਾਂ ਰਕਸ਼ੇ ਵਾਲੀ ਤੁਹਾਡੀ ਮਿਹਰਬਾਨੀ ਅੱਲਾ ਨਾਲ ਹਦਾਇਤ ਦੇਵੇ ਇਹ ਮੇਰੇ ਬਿਲਕੁਲ ਸਾਹਮਣੇ ਮਾਮੇ ਕਲੋਨੀ ਬਾਜ਼ਾਰ ਦੇ ਇਹ ਫਲਾਈ ਉੱਤੇ ਇਹ ਸਾਹਮਣੇ ਰਕਸ਼ੇ ਵੇਖ ਲੋ ਕਿਵੇਂ ਖਲੋਤੇ ਨੇ ਲੈਣੋ ਲੈਣ ਖਲੋਤੇ ਨੇ ਮਤਲਬ ਕਿ ਕੋਈ ਪੁੱਛਣ ਦੱਸਣ ਵਾਲਾ ਨਹੀਂ ਕੋਈ ਟੋਕਣ ਰੋਕਣ ਵਾਲਾ ਨਹੀਂ ਟ੍ਰੈਫਿਕ ਬਲਾਕ ਹੁੰਦੀ ਹੋ ਜਾਵੇ ਕੋਈ ਜੋ ਜੋ ਹੁੰਦਾ ਹੁੰਦਾ ਹੋ ਜਾਵੇ ਲੇਕਿਨ ਇਹ ਨਾ ਰਕਸ਼ੇ ਇੰਜ ਖੜੇ ਕਰਨੇ ਨੇ ਇੱਥੇ ਆਪਣੇ ਦੋਸਤਾਂ ਕੋਲੋਂ ਆਪਣੇ ਭਰਾਵਾਂ ਕੋਲ ਇਜਾਜ਼ਤ ਚਾਹਵਾਂਗਾ ਹੱਸਦੇ ਰਹੋ ਵੱਸਦੇ ਰਹੋ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਲਬੈਕ 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 ਯਾ ਜ਼ਿੰਦਾਬਾਦ ਜ਼ਿੰਦਾਬਾਦ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਤਾਜਦਾਰੇ ਖਤਮੇ ਨਬੂਵਤ لبیک 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 یا رسول اللہ لبیک
لبيك يا لبيك يا رسول الله لبيك 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 يا رسول